हैलो प्यारे साथियों तोड़ा पंजाबी स्कूल यूट्यूब चैनल पर स्वागत है जिमें कि तुम जानते हो अज के टाइम विच कोई भी जॉब लैन वास्ते कंप्यूटर की जानकारी होना बहुत जरूरी है चाहे वो जी डी ड्यूटी वास्ते हो या फिर टैक्निकल ड्यूटी वास्ते कंप्यूटर जिंदगी का एक अजा हिस्सा बन चुका है जिस बिना कुछ भी संभव नहीं है ਇਸ ਕਰਕੇ ਸਾਨੂੰ ਕੰਪਿਊਟਰ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਇਸ ਕੰਪਿਊਟਰ ਦੀ ਜ਼ਰੂਰਤ ਨੂੰ ਦੇਖਦੇ ਹੋਏ ਕਿਸੇ ਵੀ ਫੀਲਡ ਵਿੱਚ ਜੌਬ ਲੈਣ ਵਾਸਤੇ ਕੋਈ ਵੀ ਇਗਜ਼ਾਮ ਦਿੰਦੇ ਹਾਂ ਇੰਟਰੈਂਸ ਐਗਜ਼ਾਮ ਹੁੰਦਾ ਹੈ ਉਸ ਵਿੱਚ ਕੰਪਿਊਟਰ ਸਬੰਧਿਤ ਕੁਐਸਚਨ ਪੁੱਛੇ ਜਾਂਦੇ ਹਨ ਤਾਂ ਕਿ ਜੌਬ ਜੁਆਇਨ ਕਰਨ ਤੋਂ ਬਾਅਦ ਬੰਦਾ ਉਸ ਫੀਲਡ ਵਿੱਚ ਕੰਮ ਕਰ ਸਕੇ ਜੋ ਕਿ ਕੰਪਿਊਟਰ ਦੇ ਨਾਲ ਸਬੰਧਿਤ ਹੁੰਦਾ ਹੈ ਚਾਹੇ ਕੰਮ ਆਨਲਾਈਨ ਕਰਨਾ ਹੈ ਚਾਹੇ ਆਫਲਾਈਨ ਕਰਨਾ ਹੈ ਕੋਈ ਵੀ ਕੰਮ ਜੋ ਕੰਪਿਊਟਰ ਉੱਪਰ ਕੀਤਾ ਜਾਂਦਾ ਹੈ ਉਸ ਵਾਸਤੇ ਕੰਪਿਊਟਰ ਦਾ ਬੇਸਿਕ ਕੋਰਸ ਬੰਦਾ ਕੁਆਲੀਫਾਈਡ ਹੋਣਾ ਚਾਹੀਦਾ ਹੈ ਔਰ ਕੰਪਿਊਟਰ ਦੀ ਨੌਲੇਜ ਹੋਣੀ ਚਾਹੀਦੀ ਹੈ ਤਾਂ ਕਿ ਉਹ ਇੰਟਰੈਂਸ ਐਗਜ਼ਾਮ ਨੂੰ ਕਲੀਅਰ ਕਰ ਸਕੇ ਅੱਜ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪੰਜਾਬ ਪੁਲਿਸ ਕਾਂਸਟੇਬਲ ਜੋ ਕਿ 1-2 ਮਹੀਨੇ ਤੱਕ ਇਸ ਦਾ ਐਗਜ਼ਾਮ ਹੋਣ ਵਾਲਾ ਹੈ ਜਾਂ ਇਹ ਕੁਐਸਚਨ ਹੋਰ ਵੀ ਇਗਜ਼ਾਮਾਂ ਦੇ ਵਿੱਚ ਆਉਂਦੇ ਰਹਿੰਦੇ ਹਨ ਕਿਸੇ ਵੀ ਟਾਈਪ ਦਾ ਪੰਜਾਬ ਦੇ ਵਿੱਚ ਐਗਜ਼ਾਮ ਹੁੰਦਾ ਹੈ ਉਸ ਦੇ ਵਿੱਚ ਕੰਪਿਊਟਰ ਦੇ ਜੋ ਬੇਸਿਕ ਕੁਐਸਚਨ ਆਉਂਦੇ ਹਨ ਇਸ ਵੀਡੀਓ ਵਿੱਚ ਉਹਨਾਂ ਉੱਪਰ ਡਿਸਕਸ ਕਰਾਂਗਾ ਉਹਨਾਂ ਬਾਰੇ ਐਕਸਪਲੇਨ ਕਰਾਂਗਾ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਕੁਐਸਚਨ ਕੰਪਿਊਟਰ ਵਿੱਚ ਪਾਸਵਰਡ ਸੁਰੱਖਿਆ ਕਰਦਾ ਹੈ ਤੁਸੀਂ ਸੁਣਿਆ ਹੋਣਾ ਕਿ ਕੰਪਿਊਟਰ ਦੇ ਵਿੱਚ ਪਾਸਵਰਡ ਲਗਾਇਆ ਜਾਂਦਾ ਹੈ ਜਿਸ ਤਰ੍ਹਾਂ ਆਪਾਂ ਮੋਬਾਈਲ ਦੇ ਵਿੱਚ ਪਾਸਵਰਡ ਲਗਾਉਂਦੇ ਹਾਂ ਇਸ ਤਰ੍ਹਾਂ ਕੰਪਿਊਟਰ ਦੇ ਵਿੱਚ ਪਾਸਵਰਡ ਲੱਗਿਆ ਹੁੰਦਾ ਹੈ ਪਾਸਵਰਡ ਤਿੰਨ ਟਾਈਪ ਦੇ ਹੁੰਦੇ ਹਨ ਬਾਇਸ ਪਾਸਵਰਡ ਵੀ ਆਪਾਂ ਲਾਉਂਦੇ ਹਾਂ ਜਾਨੀ ਕਿ ਜੋ ਕੰਪਿਊਟਰ ਦੀ ਬਲੈਕ ਸਕਰੀਨ ਦੇ ਉੱਪਰ ਆਉਂਦਾ ਹੈ ਉਸ ਤੋਂ ਬਾਅਦ ਲੌਗਇਨ ਪਾਸਵਰਡ ਹੁੰਦਾ ਹੈ ਫਿਰ ਉਸ ਤੋਂ ਬਾਅਦ ਜਿੰਨੇ ਯੂਜ਼ਰ ਅਕਾਊਂਟ ਹੁੰਦੇ ਹਨ ਉਸ ਦਾ ਪਾਸਵਰਡ ਹੁੰਦਾ ਹੈ ਯਾਨੀ ਕਿ ਕੰਪਿਊਟਰ ਦਾ ਬਾਇਸ BIOS ਬੇਸਿਕ ਇਨਪੁਟ ਆਉਟਪੁਟ ਸਿਸਟਮ ਜਦੋਂ ਬੂਟਿੰਗ ਕਰਦਾ ਹੈ ਸਟਾਰਟ ਹੁੰਦਾ ਹੈ ਉਸ ਟਾਈਮ ਪਾਸਵਰਡ ਫਿਲ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਵਿੰਡੋ ਦੀ ਬੂਟਿੰਗ ਦੇ ਟਾਈਮ ਤੇ ਔਰ ਉਸ ਤੋਂ ਬਾਅਦ ਵਿੰਡੋ ਬੂਟ ਹੋਣ ਤੋਂ ਬਾਅਦ ਯੂਜ਼ਰ ਲੌਗਇਨ ਵਾਸਤੇ ਪਾਸਵਰਡ ਅਪਲਾਈ ਕੀਤਾ ਜਾਂਦਾ ਹੈ ਤਾਂ ਜੋ ਪਾਸਵਰਡ ਕੰਪਿਊਟਰ ਦੇ ਵਿੱਚ ਲਾਇਆ ਜਾਂਦਾ ਹੈ ਉਹ ਆਪਣੀ ਸੁਰੱਖਿਆ ਕਿਸ ਤੋਂ ਕਰਦਾ ਹੈ ਹਾਰਡਵੇਅਰ ਪੁਰਾਣਾ ਪੈਣ ਤੋਂ ਸੌਫਟਵੇਅਰ ਦੀ ਗਲਤੀ ਤੋਂ ਤੰਤਰ ਦੇ ਅਨਿਦੇਕ੍ਰਿਤ ਅਭਿਗਮਨ ਤੋਂ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਇਸ ਦਾ ਸਹੀ ਉੱਤਰ ਜੋ ਊੜਾ ਹੈ ਉਹ ਕਿ ਹਾਰਡਵੇਅਰ ਪੁਰਾਣਾ ਪੈਣ ਤੋਂ ਪਾਸਵਰਡ ਇਸ ਤੋਂ ਸੁਰੱਖਿਆ ਨਹੀਂ ਕਰਦਾ ਪਾਸਵਰਡ ਜੋ ਆਪਣੀ ਸੁਰੱਖਿਆ ਕਰਦਾ ਹੈ ਉਹ ਕੰਪਿਊਟਰ ਦੀ ਕਰਦਾ ਜਿਸ ਤਰ੍ਹਾਂ ਆਪਾਂ ਮੋਬਾਈਲ ਦੇ ਉੱਪਰ ਪਾਸਵਰਡ ਲਾਉਨੇ ਹਾਂ ਤਾਂ ਮੋਬਾਈਲ ਕਿਸੇ ਦੂਸਰੇ ਦੇ ਹੱਥ ਵਿੱਚ ਜਾਣ ਤੋਂ ਕੋਈ ਉਸ ਵਿੱਚ ਲੌਗਇਨ ਨਹੀਂ ਕਰ ਸਕਦਾ ਉਹ ਖੋਲ ਨਹੀਂ ਸਕਦਾ ਜਿੰਨੇ ਦਿਨ ਆਪਾਂ ਉਸ ਨੂੰ ਆਪਣਾ ਪਾਸਵਰਡ ਨਹੀਂ ਦਿੰਦੇ ਸੇਮ ਇਸੇ ਤਰ੍ਹਾਂ ਕੰਪਿਊਟਰ ਯਾਨੀ ਕਿ ਇਸ ਦਾ ਜੋ ਈਡੀ ਹੈ ਤੰਤਰ ਦੇ ਅਣधिकृत ਅਭਿਗਮਨ ਤੋਂ ਯਾਨੀ ਕਿ ਅਨ ਅਥਰਾਇਜ਼ ਐਕਸੈਸ ਰੋਕਣ ਵਾਸਤੇ ਕੰਪਿਊਟਰ ਦਾ ਪਾਸਵਰਡ ਹੈਲਪ ਕਰਦਾ ਹੈ ਤਾਂ ਇਸ ਦਾ ਸਹੀ ਉੱਤਰ ਹੈ ਏਡੀ ਨੰਬਰ 2 ਕਿਸੇ ਵਿਵਸਥਾ ਦੇ ਕੰਪਿਊਟਰੀਕਰਨ ਵਿੱਚ ਲੋੜ ਹੁੰਦੀ ਹੈ ਇਸ ਨੂੰ ਕਰਨ ਦੇ ਦ੍ਰਿੜ ਇੱਛਾ ਸ਼ਕਤੀ ਸਬੰਧਿਤ ਵਿੱਤੀ ਸੰਸਾਧਨਾਂ ਦੀ ਜਨ ਸ਼ਕਤੀ ਦੀ ਟ੍ਰੇਨਿੰਗ ਜਾਂ ਉਪਰੋਕਤ ਸਾਰੇ ਤਾਂ ਜੋ ਕੰਪਿਊਟਰੀਕਰਨ ਹੈ ਇਹ ਇਸ ਵਿੱਚ ਕਿਸ ਦੀ ਲੋੜ ਹੁੰਦੀ ਹੈ ਇੰਨਾ ਜੋ ਉੱਪਰ ਦਿੱਤੇ ਗਏ ਹਨ ਆਪਸ਼ਨ ਸਾਰਿਆਂ ਦੇ ਯਾਨੀ ਕਿ ਡ੍ਰਿੜ ਇੱਛਾ ਸ਼ਕਤੀ ਦੀ ਵੀ ਸਬੰਧਿਤ ਵਿੱਤੀ ਸੰਸਾਧਨ ਜੋ ਉਸ ਸੰਸਥਾ ਦੇ ਵਿੱਚ ਵਿਵਸਥਾ ਦੇ ਵਿੱਚ ਯੂਜ਼ ਕੀਤੇ ਜਾਂਦੇ ਹਨ ਔਰ ਜਨ ਸ਼ਕਤੀ ਤੇ ਟ੍ਰੇਨਿੰਗ ਤਾਂ ਇਸ ਦਾ ਉੱਤਰ ਹੈ ਉਪਰੋਕਤ ਸਾਰੇ। ਹੇਠਾਂ ਵਿੱਚੋਂ ਕਿਹੜਾ ਕੰਪਿਊਟਰ ਦਾ ਗੁਣ ਹੈ? ਤੇਜ਼ ਗਤੀ, ਗਤੀ, ਗਲਤੀ ਰਹਿਤ ਕੰਮ, ਗੁਪਤਤਾ ਔਰ ਉਪਰੋਕਤ ਸਾਰੇ। ਤਾਂ ਜੋ ਕੰਪਿਊਟਰ ਹੈ स्पीड कम करता है जेकर आपमन कंपेयर करिए अपने इंसान के कंपेयर करिए तो कंप्यूटर बहुत तेज़ गति कम करता है और कंप्यूटर कभी भी गलती नहीं करता बेसरते आप उस डाटा इनपुट सही किया तो हो जेकर आप इनपुट डाटा सही दिने हाँ आपनों कमांड सही दिने हाँ तो कंप्यूटर कभी गलती नहीं करता गुप्तता यानी कि उसकी जो सीकसी है उसनों बना के रखता है उपरुक्त सारे यारे ਆਪਸ਼ਨ ਕੰਪਿਊਟਰ ਦਾ ਗੁਣ ਹਨ ਤਾਂ ਇਸ ਦਾ ਸਹੀ ਉੱਤਰ ਸ ਉਪਰੋਕਤ ਸਾਰੇ ਡਾਟਾ ਪ੍ਰੋਸੈਸਿੰਗ ਦਾ ਅਰਥ ਡਾਟਾ ਸੰਗ੍ਰਹਿਣ ਡਾਟਾ ਦੀ ਸਜਾਵਟ ਡਾਟਾ ਨੂੰ ਉਪਯੋਗੀ ਬਣਾਉਣਾ ਔਰ ਉਪਰੋਕਤ ਸਾਰੇ ਡਾਟਾ ਸੰਗ੍ਰਹਿਣ ਜਾਨੀ ਕਿ ਡਾਟਾ ਨੂੰ ਸਟੋਰ ਕਰਨਾ ਡਾਟਾ ਨੂੰ ਮੋਡੀਫਿਕੇਸ਼ਨ ਜਾਂ ਉਸ ਦੀ ਸਜਾਵਟ ਕਰਨਾ ਡਾਟਾ ਨੂੰ ਉਪਯੋਗੀ ਬਣਾਉਣਾ ਤਾਂ ਜੋ ਡਾਟਾ ਪ੍ਰੋਸੈਸਿੰਗ ਹੁੰਦਾ ਹੈ ਜੋ ਰਾ ਡਾਟਾ ਨੂੰ ਇਨਪੁਟ ਕੀਤਾ ਜਾਂਦਾ ਹੈ ਕੰਪਿਊਟਰ ਦੇ ਵਿੱਚ ਔਰ ਪ੍ਰੋਸੈਸਿੰਗ ਤੋਂ ਬਾਅਦ ਡਾਟਾ ਆਪਾਂ ਨੂੰ ਉਪਯੋਗੀ ਬਣਾ ਕੇ ਆਉਟਪੁੱਟ ਦੇ ਰੂਪ ਵਿੱਚ ਮਿਲਦਾ ਹੈ ਇਸ ਦਾ ਸਹੀ ਉੱਤਰ ਏ ਡੇਟਾ ਨੂੰ ਉਪਯੋਗੀ ਬਣਾਉਣਾ ਇਹ ਡਾਟਾ ਪ੍ਰੋਸੈਸਿੰਗ ਦਾ ਅਰਥ ਹੈ ਉਸ ਦਾ ਮਤਲਬ ਹੈ 5 ਚਨਾਤਮਕ ਡਾਟਾ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ ਅਲਫਾਨਮੈਰਿਕ ਡਾਟਾ ਅੰਕਾਂ ਦਾ ਅੱਖਰਾਂ ਦਾ ਚਿੰਨਾਂ ਦਾ ਉਪਰੋਕਤ ਸਾਰੇ ਜੋ ਚਨਾਤਮਕ ਡਾਟਾ ਹੈ ਅਲਫਾਨਮੈਰਿਕ ਡਾਟਾ ਹੈ ਉਸ ਵਿੱਚ ਕਿਸ ਦਾ ਪ੍ਰਯੋਗ ਕੀਤਾ ਜਾਂਦਾ ਹੈ ਅੰਕਾਂ ਦਾ ਵੀ ਅੱਖਰਾਂ ਦਾ ਵੀ ਔਰ ਚਿੰਨਾਂ ਦਾ ਵੀ इस करके इसका उत्तर सस्ा उपरोकत सारे इन्हों कौन कंप्यूटर का गुण नहीं है जल्दी फैसला लैन तो की योग्यता गुप्तता और बुद्धिहीन और विविधता यानी कि आप इस पेल पढ़े से कंप्यूटर के गुण की और इन्होंने दसना कि कंप्यूटर का गुण कि नहीं है बुद्धिहीन यानी कि कंप्यूटर बुद्धिहीन हों उसका अपना कोई सेंस नहीं होंगे अपना माइंड नहीं होंगे सिर्फ जो उस ਕਮਾਂਡ ਦਿੱਤੀ ਜਾਂਦੀ ਹੈ ਉਹ ਉਸ ਦੇ ਉੱਪਰ ਕੰਮ ਕਰਦਾ ਹੈ ਕੰਪਿਊਟਰ ਇਨਸਾਨ ਦੀ ਤਰ੍ਹਾਂ ਸੋਚ ਨਹੀਂ ਸਕਦਾ ਆਪਣੇ ਆਪ ਫੈਸਲਾ ਨਹੀਂ ਲੈ ਸਕਦਾ ਉਸ ਨੂੰ ਸਿਰਫ ਜੋ ਇਨਸਟਰਕਸ਼ਨ ਦਿੱਤੀਆਂ ਜਾਂਦੀਆਂ ਹਨ ਜਾਂ ਜੋ ਸੌਫਟਵੇਅਰ ਦੇ ਵਿੱਚ ਆਪਾਂ ਕੰਮ ਕਰਦੇ ਹਾਂ ਜੋ ਪਹਿਲਾਂ ਉਸ ਵਿੱਚ ਪ੍ਰੀ ਇਨਸਟਰਕਸ਼ਨ ਜੀ ਸੇਵ ਹੁੰਦੀਆਂ ਹਨ ਉਸੇ ਦੇ ਅਕੋਰਡਿੰਗ ਉਹ ਕੰਮ ਕਰਦਾ ਹੈ ਉਸੇ ਦੇ ਅਕੋਰਡਿੰਗ ਉਹ ਆਪਾਂ ਨੂੰ ਆਉਟਪੁੱਟ ਦਿੰਦਾ ਹੈ ਕੰਪਿਊਟਰ ਸਾਖਰਤਾ ਦਿਵਸ ਮਨਾਇਆ ਜਾਂਦਾ ਹੈ 1 ਦਸੰਬਰ ਨੂੰ 2 ਦਸੰਬਰ ਨੂੰ 1 ਜਨਵਰੀ ਨੂੰ 22 ਜਨਵਰੀ ਨੂੰ ਤਾਂ ਇਸ ਦਾ ਸਹੀ ਉੱਤਰ ਹੈ ਸ 22 ਜਨਵਰੀ ਵਿਸ਼ਵ ਵਿੱਚ ਸਭ ਤੋਂ ਵੱਧ ਕੰਪਿਊਟਰ ਵਾਲਾ ਦੇਸ਼ ਭਾਰਤ ਰੂਸ ਜਾਪਾਨ ਸੰਯੁਕਤ ਰਾਜ ਅਮਰੀਕਾ ਤਾਂ ਸਭ ਤੋਂ ਵੱਧ ਕੰਪਿਊਟਰ ਵਾਲਾ ਦੇਸ਼ ਜਾਪਾਨ ਹੈ ਕੰਪਿਊਟਰ ਦੀ ਸਮਰੱਥੀ ਆਮ ਤੌਰ ਤੇ ਕਿਲੋਬਾਈਟ ਜਾਂ ਮੈਗਾਬਾਈਟ ਦੇ ਰੂਪ ਵਿੱਚ ਨੁਕਤ ਕੀਤੀ ਜਾਂਦੀ ਹੈ ਇਹ ਬਾਈਟ ਬਣਾ ਹੁੰਦਾ ਹੈ ਸਮਰਥਿਤ ਜਾਣੇ ਕਿ ਉਸ ਦੀ ਜੋ ਸਟੋਰੇਜ ਕੈਪੈਸਿਟੀ ਹੈ ਉਸ ਨੂੰ ਕਿਲੋਬਾਈਟ ਜਾਂ ਮੈਗਾਬਾਈਟ ਦੇ ਰੂਪ ਵਿੱਚ ਵਿਅਕਤ ਕੀਤਾ ਜਾਂਦਾ ਹੈ ਦੱਸਿਆ ਜਾਂਦਾ ਹੈ ਦਰਸਾਇਆ ਜਾਂਦਾ ਹੈ ਇਹ ਬਾਈਟ ਕਿਸ ਤੋਂ ਬਣਾ ਹੁੰਦਾ ਹੈ ਅਧ ਦੋ ਅਧਾਰੀ ਅੰਕਾਂ ਦਾ ਅੱਠ ਦਸ਼ਮਲਵ ਅੰਕਾਂ ਦਾ ਦੋ ਦੋ ਅਧਾਰੀ ਅੰਕਾਂ ਦਾ ਦੋ ਦਸ਼ਮਲਵ ਅੰਕਾਂ ਦਾ ਕੰਪਿਊਟਰ ਲੈਂਗੁਏਜ ਦੇ ਵਿੱਚ ਜਦੋਂ ਵੀ ਆਪਾਂ ਕੁਝ ਵਰਡ ਇਹੋ ਜਿਹੇ ਹਨ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਦੇ ਹਾਂ ਤਾਂ ਉਹਨਾਂ ਦਾ ਮੀਨਿੰਗ ਬਿਲਕੁਲ ਬਦਲ ਜਾਂਦਾ ਹੈ ਇਸੇ ਕਰਕੇ ਤੁਹਾਨੂੰ ਵੀ ਹੋ ਸਕਦਾ ਕਿ ਇਹਨਾਂ ਦੇ ਵਿੱਚ ਕਾਫੀ ਸਮੱਸਿਆ ਆਉਂਦੀ ਹੈ ਜੇਕਰ ਸਟੂਡੈਂਟ ਇੰਗਲਿਸ਼ ਮੀਡੀਅਮ ਵਿੱਚ ਪੜਿਆ ਹੈ ਤਾਂ ਉਸ ਨੂੰ ਇੰਗਲਿਸ਼ ਵਿੱਚ ਹੀ ਇਹ ਕੁਐਸਚਨ ਹੱਲ ਕਰਨੇ ਚਾਹੀਦੇ ਹਨ ਕਿਉਂਕਿ ਐਗਜ਼ਾਮ ਦੇ ਵਿੱਚ ਦੋਨੇ ਆਪਸ਼ਨ ਦਿੱਤੇ ਜਾਂਦੇ ਹਨ ਤਾਂ ਤੁਹਾਨੂੰ ਉਸ ਨੂੰ ਪੜ੍ਹ ਕੇ ਆਸਾਨੇ ਨਾਲ ਤੁਸੀਂ ਇਸ ਨੂੰ ਸਮਝ ਚ ਲਓਗੇ ਇਸ ਦਾ ਮਤਲਬ ਕੀ ਹੋਵੇਗਾ ਹੁਣ ਅੱਧ ਦੋ ਅਦਾਰੀ ਯਾਨੀ ਕਿ ਜੋ ਬਾਈਨਰੀ ਹਾਫ ਹਨਰੀ ਅਕਟਲ ਨੰਬਰ ਹੋਗੇ बैनरी सिस्टम हो गया और ओडेसीमल सिस्टम तो इसका जो बाइट है वह किसान बनया हूँ है बैनरी अंकों का आदि दो आधारी अंकों का इसका सही उत्तर ऊड़ा है एक किलो बइट बराबर हों हज़ार बाइट्स दे एक हज़ार चौबीस बाइट्स दे एक हज़ार बयाली बाइट्स एक किलोग्राम बैट्स दे इसका सही उत्तर है एड़ा एक हज़ार चौबीस बैट्स दे बराबर एक किलो बइट हों कंप्यूटर भाषा एक मैगाइट किन्ने बैट होंगे एक लाख, दस लाख, दस लाख चौबी हज़ार ज जा, दस लाख अड़तालीस हजार पाँच सौ छिहत् इस दा सही उत्तर है सस्सा दस लाख अड़तालीस हज़ार पांच सौ छिहत् बैनरी कोड में संख्या सत्त लिखी जाती है जो बैनरी कोड है ਹੈਕੀ ਕੋਡ ਦੇ ਵਿੱਚ ਜਾਨੀ ਕਿ 1310 ਦੋ ਅੰਕ ਯੂਜ਼ ਕੀਤੇ ਜਾਂਦੇ ਹਨ ਇਸ ਵਿੱਚ 7 ਲਿਖਣ ਵਾਸਤੇ 111 ਲਿਖਿਆ ਜਾਂਦਾ ਹੈ ਜਾਨੀ ਕਿ 1 1 1 ਇਸ ਨਾਲ 7 ਲਿਖਿਆ ਜਾਂਦਾ ਹੈ ਜੇਕਰ ਆਪਾਂ ਕੰਪਿਊਟਰ ਦੇ ਉੱਪਰ ਕੀਬੋਰਡ ਦੇ ਉੱਪਰ 7 ਨੂੰ ਪ੍ਰੈਸ ਕਰਦੇ ਹਾਂ ਤਾਂ ਉਸ ਦੇ ਜੋ ਪ੍ਰੋਸੈਸਰ ਦੇ ਵਿੱਚ ਸਿਗਨਲ ਜਾਂਦੇ ਹਨ ਬਾਈਨਰੀ ਫਾਰਮ ਚ ਜਾਂਦਾ ਹੈ ਤਾਂ 111 तीन बार एक यानी कि एक सौ ग्यारह के रूप में उसगनल जाएगा तो इसका सही उत्तर है ऐड़ा एक सौ ग्यारह अठ बिटा समूह न कहते निबल बाइट, वर्ड और किलोबाइट। बाइट तो बिट तो बइट बन दिया हन। और आठ बिटा तो एक बाइट बनती है अठ बिटा समूह बाइट किया जाता है ਬਾਈਨਰੀ ਚੁਆਇਸ ਵਿੱਚ ਕਿੰਨੇ ਵਿਕਲਪ ਹੁੰਦੇ ਹਨ ਕੋਈ ਨਹੀਂ 1 2 ਕੰਪਿਊਟਰ ਵਿੱਚ ਮੈਮਰੀ ਦੀ ਮਾਤਰਾ ਤੇ ਨਿਰਭਰ ਕਰਦਾ ਹੈ ਔਰ ਕੰਪਿਊਟਰ ਦੇ ਪ੍ਰੋਸੈਸਰ ਦੀ ਸਪੀਡ ਤੇ ਨਿਰਭਰ ਕਰਦਾ ਹੈ ਇਸ ਵਿੱਚ ਬਾਈਨਰੀ ਚੁਆਇਸ ਵਿੱਚ 2 ਵਿਕਲਪ ਹੁੰਦੇ ਹਨ ਇਸ ਦਾ ਸਹੀ ਉੱਤਰ ਹੈ ਏ ਡੀ ਇੱਕ ਬਾਈਟ ਦੇ ਕਿੰਨੇ ਮੂਲ ਨਿਰੂਪਤ ਕੀਤੇ ਜਾ ਸਕਦੇ ਹਨ ਇੱਕ ਬਾਈਟ ਦੇ ਕਿੰਨੇ ਮੂਲ ਨਿਰੂਪਤ ਕਿੰਨੇ ਕੀਤੇ ਜਾ ਸਕਦੇ ਹਨ 4 16 64 256 ਤਾਂ ਇਸ ਦਾ ਸਹੀ ਉੱਤਰ ਹੈ ਐਡਾ ਇਸ ਤੇ 16 ਰੂਪ ਮੂਲ ਨਿਰੂਪਿਤ ਕੀਤੇ ਜਾ ਸਕਦੇ ਹਨ 1 ਮੈਗਾਬਾਈਟ ਲਗਭਗ ਡੈਸ਼ ਦੇ ਬਰਾਬਰ ਹੁੰਦਾ ਹੈ 1000 ਬਿਟਸ 1000 ਬਾਈਟਸ 1000 ਬਾਈਟ ਔਰ 1 ਮਿਲੀਅਨ ਬਾਈਟ ਤਾਂ ਇਹ ਕਿਸ ਦੇ 1 ਮਿਲੀਅਨ ਬਿਟ ਇਹ 1 ਮਿਲੀਅਨ ਬਾਈਟ ਦੇ ਬਰਾਬਰ ਹੁੰਦਾ ਹੈ ਇਹਨਾਂ ਵਿੱਚੋਂ ਕਿਹੜੀ ਕੰਪਿਊਟਰ ਵਿੱਚ ਪ੍ਰਯੁਕਤ ਅੰਕ ਪਦਤੀ ਹੈ ਦੋ ਆਦਾਰੇ octal hexadecimal aur aprakat tinno ta eh tinne jo han ek computer prayukt ank paddhati han binary system vichyoj kita janda hai octal vi aur hexadecimal vi is karke isda sahi uttar hai s bit ki hai ek ank paddhati computer memory di sab ton choti ikai ek input device inna vichon koi nahi बिट की है एक कंप्यूटर की जो मैमरी है उसदी सब तो छोटी कही बिट होंगी है इसका सही उत्तर ऐडा है एक लोकप्रिय विंडो इनवायरमेंट विंडो थ्री माइक्रोसॉफ्ट द्वारा निर्गत की गई उन्नीस सौ पचासी दो हज़ार उन्नीस सौ पचानवे और उन्नीस सौ नब्बे तो यह उन्नीस सौ नब्बे विंडो तीन माइक्रोसॉफ्ट द्वारा निर्गत की गई से लाइनैक्स एक ऑपरेटिंग सिस्टम का नाम है बीमारी का नाम है कैमिकल का नाम है कंप्यूटर वायरस का नाम है तो लाइनैक्स की एक कंप्यूटर का ऑपरेटिंग सिस्टम है इस करके इस सही उत्तर ऊड़ा ऑपरेटिंग सिस्टम का नाम है विंडो सॉफ्टवेयर का निर्माण किया गया आई बी एम द्वारा एप्पल कारपोरेशन द्वारा विप्रो द्वारा इन्होंने कोई नहीं तो इस सही उत्तर सस्ा इन्होंने कोई नहीं क्योंकि विंडो जो सॉफ्टवेयर से इसका माइक्रोसॉफ्ट द्वारा निर्माण किया गया से सी एडी का मतलब कंप्यूटर एल्गोरिथम फॉर डिजाइन कंप्यूटर एडेड डिजाइन कंप्यूटर एप्लीकेशन इन डिजाइन और उपरोक्त विचों कोई नहीं तो इसका सही उत्तर है कंप्यूटर एडिड डिजाइनिंग माइक्रोसॉफ्ट ऑफिस है शेयरवेयर एप्लीकेशन सॉफ्टवेयर ओपन सोर्स सॉफ्टवेयर और पब्लिक डोमेन सॉफ्टवेयर तो ना तो पब्लिक डोमेन सॉफ्टवेयर है ना ही ओपन सोर्स सॉफ्टवेयर है क्योंकि इस वास्ते पेमेंट करनी पैंती है और ना ही शेयरवेयर तो इसका सही उत्तर है वर्टिकल माइक्रो माइक्रेट सॉफ्टवेयर भी है नहीं है इसका सही उत्तर ऐडा है एप्लीकेशन सॉफ्टवेयर सॉफ्टवेयर शब्द संसाधन प्रयुक्त किया जाता है पेजमेकर वर्डस्टार एम एस वर्ड और सारे तो इसका सही उत्तर उपरोकत सारे इन्हें वर्ड यानी कि जो टैक्सट है शब्द संसाधन जो टैक्स एडिटिंग या टैक्सट फॉरमेटिंग की जाती है पेज पेजमेकर भी करते हैं वर्ड स्टार्च भी और एम एस वर्ड में भी इस करके इसका सही उत्तर सस्ता उपरोकत सारे पबलिक डोमेन सॉफ्टवेयर है पब्लिक द्वारा बनाया गया सॉफ्टवेयर ਇੰਟਰਨੈਟ ਤੇ ਮੁਫਤ ਵਿੱਚ ਉਪਲਬਧ ਸੌਫਟਵੇਅਰ ਸਰਕਾਰੀ ਸੌਫਟਵੇਅਰ ਔਰ ਮਾਈਕਰੋਸਾਫਟ ਸੌਫਟਵੇਅਰ ਪਬਲਿਕ ਡੋਮੇਨ ਸੌਫਟਵੇਅਰ ਕੀ ਹੁੰਦਾ ਹੈ ਕਿ ਜੋ ਇੰਟਰਨੈਟ ਤੇ ਮੁਫਤ ਅਵੇਲੇਬਲ ਹੁੰਦਾ ਹੈ ਹਰ ਕੋਈ ਉਸ ਨੂੰ ਯੂਜ਼ ਕਰਦਾ ਹੈ ਉਸ ਨੂੰ ਪਬਲਿਕ ਡੋਮੇਨ ਸੌਫਟਵੇਅਰ ਕਿਹਾ ਜਾਂਦਾ ਹੈ ਕੰਪਿਊਟਰ ਦੀ ਪੌਤਿਕ ਬਨਾਵਟ ਕਹਲੌਂਦੀ ਹੈ ਸੌਫਟਵੇਅਰ ਹਾਰਡਵੇਅਰ ਫਰਮਵੇਅਰ ਔਰ ਹਿਊਮਨਵੇਅਰ ਤਨ ਜੋ ਭੌਤਿਕ ਬਣਾਵਟ ਹੈ ਓਕੇ ਹਾਰਡਵੇਅਰ ਕਾ ਹੁੰਦੀ ਹੈ ਇਸ ਦਾ ਸਹੀ ਉੱਤਰ ਹੈਡ ਹਾਰਡਵੇਅਰ ਕੰਪਿਊਟਰ ਦੇ ਸਚਾਲਨ ਵਿੱਚ ਪ੍ਰਯੁਕਤ ਪ੍ਰੋਗਰਾਮ ਨਿਯਮ ਅਤੇ ਕੰਪਿਊਟਰ ਕਰਿਆਮਨ ਨਾਲ ਸੰਬੰਧਿਤ ਲਿਖਤ ਸਮਗਰੀ ਨੂੰ ਕੀ ਆ ਜਾਂਦਾ ਹੈ ਸੌਫਟਵੇਅਰ ਹਾਰਡਵੇਅਰ ਨੈਟਵਰਕ ਔਰ ਪਰਮਵੇਅ ਤਨ ਜੋ ਪ੍ਰੋਗਰਾਮ ਨਿਯਮ ਜਾਨੀ ਕਿ ਜਿਸ ਦੀ ਮਦਦ ਨਾਲ ਕੰਪਿਊਟਰ ਕੰਮ ਕਰਦਾ ਹੈ ਆਪਰੇਸ਼ਨ ਪੂਰਾ ਜਿੰਨੇ ਕੰਮ ਕੀਤੇ ਜਾਂਦੇ ਹਨ ਉਸ ਨੂੰ ਕੀ ਕਿਹਾ ਜਾਂਦਾ ਹੈ ਸੌਫਟਵੇਅਰ ਇਸ ਦਾ ਸਹੀ ਉੱਤਰ ਊੜਾ 28 ਨਿਮਨ ਲਿਖਤ ਵਿੱਚ ਕਿਹੜੇ ኦਪਰੇਟਿੰਗ ਸੌਫਟਵੇਅਰ ਹਨ ਵਿੰਡੋ MS DOS ਅਕਾਊਂਟਿੰਗ ਔਰ ਲਿਨਕਸ ਤਾਂ ਅਕਾਊਂਟਿੰਗ ኦਪਰੇਟਿੰਗ ਸਿਸਟਮ ऑपरेटिंग सॉफ्टवेयर सिस्टम नहीं है विंडो एमएस डोस और लाइनैक्स ये सारे ऑपरेटिंग सॉफ्टवेयर हैं अकाउंटिंग जो एप्लीकेशन सॉफ्टवेयर है कंप्यूटर भाषा नहीं है बेसिक फोर्टन, कोबोल और आई बी एम तो जेकर कंप्यूटर बारे थोड़ा बहुत भी पढ़िया है जो उसकी प्रोग्रामिंग बारे तुम्हें पता होगा कि बेसिक भी एक लैंगुएज है फोरटेन भी है और कबोल भी है ਜਿਦੋ ਕਿ IBM ਇੱਕ ਕੰਪਨੀ ਦਾ ਨਾਮ ਹੈ ਜੋ ਸਰਵਰ ਜਾਂ ਹਾਰਡਵੇਅਰ ਬਣਾਉਂਦੀ ਹੈ ਤਾਂ ਇਸ ਵਿੱਚ ਇਸ ਦਾ ਸਹੀ ਉੱਤਰ ਸ ਜੋ ਕੰਪਿਊਟਰ ਭਾਸ਼ਾ ਨਹੀਂ ਹੈ ਫੋਰਟਰਨ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਹੈ ਫੋਟੋ ਬਣਾਉਣ ਵਿੱਚ ਵਪਾਰ ਵਿੱਚ ਗਣਿਤ ਵਿੱਚ ਔਰ ਸਿੱਖਿਆ ਵਿੱਚ ਤਾਂ ਇਸ ਦਾ ਪ੍ਰਯੋਗ ਗਣਿਤ ਵਿੱਚ ਕੀਤਾ ਜਾਂਦਾ ਹੈ प्रोग्राम विकसित पहली उच्च पद्धति भाषा उच्च पदरी भाषा है बेसिक फोरट्रेन लोगो और कबोल तो इसका सही आंसर है फोरट्रेन इस पहली उच्च पदरी भाषा है कंप्यूटर भाषा नहीं है रोम लोगो सी और जावा रीड ओनली मेमोरी लोगो सी और जावा ਐਡਾ ਐਡੀ ਸੱਸਾ ਇਹ ਸਾਰਿਆਂ ਕੀ ਕੰਪਿਊਟਰ ਭਾਸ਼ਾ ਹਨ ਇਹਨਾਂ ਵਿੱਚ ਰੋਮ ਕੰਪਿਊਟਰ ਭਾਸ਼ਾ ਨਹੀਂ ਹੈ ਇਸ ਦਾ ਸਹੀ ਉੱਤਰ ਓੜਾ ਲੋਗੋ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਹੈ ਵਪਾਰ ਵਿੱਚ ਗਣਿਤ ਵਿੱਚ ਬੱਚਿਆਂ ਦੀ ਸਿੱਖਿਆ ਲਈ ਔਰ ਸਰਲ ਭਾਸ਼ਾ ਸਿਖਾਉਣ ਲਈ ਤਾਂ ਇਸ ਦਾ ਬੱਚਿਆਂ ਦੀ ਸਿੱਖਿਆ ਲਈ ਪ੍ਰਯੋਗ ਕੀਤਾ ਜਾਂਦਾ ਹੈ ਬੇਸਿਕ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਹੈ ਵਪਾਰ ਵਿੱਚ ਗਣਿਤ ਵਿੱਚ ਬੱਚਿਆਂ ਦੀ ਸਿੱਖਿਆ ਵਿੱਚ ਸਰਲ ਭਾਸ਼ਾ ਨੂੰ ਸਿਖਾਉਣ ਵਿੱਚ ਬੇਸਿਕ ਜੋ ਹੁੰਦੀ ਹੈ ਇਸ ਦੇ ਜੋ ਪ੍ਰੋਗਰਾਮ ਸਿਖਾਉਣੇ ਹਨ ਤਾਂ ਉਸ ਟਾਈਮ ਬੇਸਿਕ ਤੋਂ ਸਟਾਰਟ ਕਰਵਾਇਆ ਜਾਂਦਾ ਹੈ ਬੇਸਿਕ ਸੀ ਸੀ ਪਲੱਸ ਪਲੱਸ ਜਾਂ ਜਿਸ ਨੂੰ ਬੇਸਿਕ ਨੂੰ ਵੀ ਲੈਂਗੁਏਜ ਵੀ ਕਿਹਾ ਜਾਂਦਾ ਹੈ ਤਾਂ ਸਟਾਰਟਿੰਗ ਇਸ ਤੋਂ ਕੀਤੀ ਜਾਂਦੀ ਹੈ ਤਾਂ ਕਿ ਪ੍ਰੋਗਰਾਮਿੰਗ ਲੈਂਗੁਏਜ ਅੱਗੇ ਆਸਾਨੀ ਨਾਲ ਸਟੂਡੈਂਟ ਸਮਝ ਸਕਣ ਇਸ ਕਰਕੇ ਇਸ ਤੋਂ ਸ਼ੁਰੂ ਕਰਵਾਈ ਜਾਂਦੀ ਹੈ ਕਬਲ ਪਾਛਾ ਦਾ ਪ੍ਰਯੋਗ ਕੀਤਾ ਜਾਂਦਾ ਹੈ ਵਪਾਰ ਵਿੱਚ ਗਣਿਤ ਵਿੱਚ ਬੱਚਿਆਂ ਦੀ ਸਿੱਖਿਆ ਲਈ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਸ ਦਾ ਪ੍ਰਯੋਗ ਵਪਾਰ ਵਿੱਚ ਕੀਤਾ ਜਾਂਦਾ ਹੈ ਇਸ ਵੀਡੀਓ ਦੇ ਵਿੱਚ ਕਿਸੇ ਕੁਐਸਚਨ ਵਿੱਚ ਕੋਈ ਵੀ ਸਮਝ ਨਾ ਲੱਗੀ ਹੋਵੇ ਜਾਂ ਉਸ ਬਾਰੇ ਡਿਪਲੀ ਜਾਣਕਾਰੀ ਹੋਰ ਚਾਹੀਦੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਲਿਖੋ ਇਸ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਇਸ ਪ੍ਰਕਾਰ ਦੀਆਂ ਹੋਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ ਇਸ ਚੈਨਲ ਦੇ ਉੱਪਰ ਕੰਪਿਊਟਰ ਸਬੰਧਿਤ ਵੀਡੀਓ ਅਪਲੋਡ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਤੁਹਾਨੂੰ ਇਗਜ਼ਾਮ ਦੀ ਪ੍ਰੈਪਰੇਸ਼ਨ ਕਰ ਬੈਠੇ ਕਰਨ ਵਿੱਚ ਆਸਾਨੀ ਹੋਵੇਗੀ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਧੰਨਵਾਦ